ਵਿੱਚ ਯੂਕੇ ਤੋਂ ਆਇਆ ਉਹਦੇ ਰੈਗੂਲਰ ਚੈੱਕਅਪ ਦੇ ਵਿੱਚ ਜਦ 26 ਮਾਰਚ ਨੂੰ ਹੋਇਆ ਤਦ ਉਹਨੂੰ ਕੋਈ ਸਿਮਟਮ ਨਹੀਂ ਸੀਗਾ ਕੁਛ ਪਿਛਲੇ ਦਿਨਾਂ ਤੋਂ ਕੋਈ ਉਹਨੂੰ ਕੰਪਲੀਕੇਸ਼ਨ ਫਿਜ਼ੀਕਲੀ ਆ ਰਹੀਆਂ ਸੀਗੀਆਂ ਜਿਹੜਾ ਬੰਦਾ ਸਾਹਿਲ ਇੱਥੇ ਰਹਿੰਦਾ ਸੀ ਉਹ ਅੱਜ ਪੋਜ਼ਿਟਿਵ ਆ ਗਿਆ ਉਹਦਾ ਕਰੋਨਾ ਟੈਸਟ ਗੈਰੋਵਾਲ ਰੋਡ 'ਤੇ ਉਹਨਾਂ ਦੀ ਡੇਅਰੀ ਸੀ ਇੱਥੋਂ ਬਿਲੋਂਗ ਕਰਦਾ ਸੀ 19 ਤਰੀਕ ਨੂੰ ਇਹ ਬਾਹਰੋਂ ਆਇਆ ਏਰੀਆ ਸੀਲ ਕੀਤਾ ਗਿਆ ਕਿਉਂਕਿ ਕੱਲ੍ਹ ਰਾਤੀ ਉਹਦਾ ਟੈਸਟ ਪੋਜ਼ੀਟਿਵ ਆ ਗਿਆ ਸੀਗਾ ਜੀ ਜੇ ਇਹਨਾਂ ਦੇ ਏਰੀਆ ਦਾ ਜਿੰਨਾ ਵੀ ਏਰੀਆ ਆਪਾਂ ਸੀਲ ਕਰ ਰਹੇ ਹਾਂ ਹਰ ਘਰ 'ਚ ਜਾ ਕੇ ਸਾਡੀ ਮੈਡੀਕਲ ਟੀਮ ਵੱਲੋਂ ਚੈੱਕਅਪ ਕੀਤਾ ਜਾਏਗਾ ਜੀ ਜੇ ਕੋਈ ਸਿਮਟੋਮੈਟਿਕ ਆ ਫਿਰ ਉਹਨਾਂ ਨੂੰ ਕਰੀਏ ਹੋਰ ਕੁਆਰੰਟਾਈਨ ਕਰਕੇ ਫਰਦਰ ਕਾਰਵਾਈ ਕੀਤੀ ਜਾਏਗੀ ਵੀ ਅਸੀਂ ਏਰੀਆ ਸੀਲ ਕਰਾ ਕੇ ਮੈਡੀਕਲ ਟੀਮ ਦੀ ਹੈਲਪ ਦੇ ਨਾਲ ਸਾਰੇ ਬੰਦੇ ਜਿਹੜੇ ਇਹਨਾਂ ਨੂੰ ਇਨ ਟੱਚ ਆਏ ਉਹ ਆਈਡੈਂਟੀਫਾਈ ਕਰਾਵਾਂਗੇ ਇਸ ਵਕਤ ਇਹਨਾਂ ਦੇ ਪਰਿਵਾਰ ਦੇ ਮੈਂਬਰ 13 ਨੇ ਜੀ ਜਿਹੜੇ ਸਾਰੇ ਅਸੀਂ ਮੈਡੀਕਲ ਕਾਲਜ ਲੈ ਕੇ ਜਾਣੇ ਹਨ ਲੋਕਾਂ ਨੂੰ ਜੀ ਆਸ ਪਾਸ ਸਾਰਿਆਂ ਦੇ ਘਰਾਂ 'ਚ ਜਾ ਕੇ ਜੀ ਡੋਰ ਟੂ ਡੋਰ ਜਾ ਕੇ ਸਿਮਟੋਮੈਟਿਕ ਚੈੱਕਅਪ ਹੋਏਗਾ ਜੀ ਕੋਰੋਨਾ ਵਾਇਰਸ ਦੇ ਮਰੀਜ਼ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਇੱਕ ਹੋਰ ਮਰੀਜ਼ ਜੰਡਿਆਲਾ ਗੁਰੂ ਵਿੱਚ ਮਿਲਿਆ ਹੈ ਜਿਸ ਨੂੰ ਡਾਕਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਆਈਸੋਲੇਸ਼ਨ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਨੌਜਵਾਨ ਪਿਛਲੇ ਮਹੀਨੇ ਹੀ ਲੰਡਨ ਤੋਂ ਵਾਪਿਸ ਆਇਆ ਹੈ ਜਾਣਕਾਰੀ ਅਨੁਸਾਰ ਨੌਜਵਾਨ ਦੀ ਤਬੀਅਤ ਪਿਛਲੇ 2-3 ਦਿਨ ਤੋਂ ਖਰਾਬ ਸੀ ਜਿਸ ਤੋਂ ਬਾਅਦ ਉਸਦਾ ਟੈਸਟ ਕਰਵਾਇਆ ਗਿਆ ਅਤੇ ਉਸਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਜਿਸ ਕਾਰਨ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਜਿਹੜਾ ਮਾਰਚ ਵਿੱਚ ਯੂਕੇ ਤੋਂ ਆਇਆ ਉਹਦੇ ਰੈਗੂਲਰ ਚੈੱਕਅਪ ਦੇ ਵਿੱਚ ਜਦ 26 ਮਾਰਚ ਨੂੰ ਹੋਇਆ ਤਦ ਉਹਨੂੰ ਕੋਈ ਸਿਮਟਮ ਨਹੀਂ ਸੀਗਾ ਕੁਛ ਪਿਛਲੇ ਦਿਨਾਂ ਤੋਂ ਕੋਈ ਉਹਨੂੰ ਕੰਪਲੀਕੇਸ਼ਨ ਫਿਜ਼ੀਕਲੀ ਆ ਰਹੀਆਂ ਸੀਗੀਆਂ ਅੱਜ ਹੁਣ ਇਹ ਏਰੀਆ ਸੀਲ ਕੀਤਾ ਗਿਆ ਕਿਉਂਕਿ ਕੱਲ੍ਹ ਰਾਤੀ ਉਹਦਾ ਟੈਸਟ ਪੋਜ਼ਿਟਿਵ ਆ ਗਿਆ ਸੀਗਾ ਜੀ ਜੋ ਇਸ ਵਕਤ ਮੁੰਡਾ ਗੁਰਨਾਗ ਦੇਵ ਹੋਸਪਿਟਲ ਐਡਮਿਟ ਹੈ ਟਰੈਵਲ ਹਿਸਟਰੀ ਜੀ ਮੈਨੂੰ ਦੱਸਿਆ ਜੀ ਕਿ ਇਹ 19 ਮਾਰਚ ਨੂੰ ਆਇਆ ਜੀ ਯੂਕੇ ਤੋਂ ਅਤੇ ਪਿਛਲੇ 2-3 ਦਿਨਾਂ ਤੋਂ ਐਡਮਿਟਡ ਹੈ ਗੁਰਨਾਗ ਦੇਵ ਹੋਸਪਿਟਲ ਸਰ 19 ਮਾਰਚ ਤੋਂ ਆਇਆ ਅਤੇ ਇਹਦਾ ਪਤਾ ਕਿਵੇਂ ਲੱਗਾ ਕਿ ਜਦੋਂ ਤੁਹਾਨੂੰ ਇਹ ਜੀ ਹੋਸਪਿਟਲ ਐਡਮਿਟ ਹੋਏ ਨੇ ਇਹਨਾਂ ਨੂੰ ਕੰਪਲੀਕੇਸ਼ਨ ਨਾਲ ਸਿਮਟਮ ਸਾਰੇ ਸੇਮ ਸੀਗੇ ਉਸ ਤੋਂ ਬਾਅਦ ਹੁਣ ਇਹ ਇਹਨਾਂ ਦਾ ਚੈੱਕਅਪ ਜਦ ਹੋਇਆ ਟੈਸਟ ਹੋਇਆ ਟੈਸਟ ਤੋਂ ਬਾਅਦ ਪੋਜ਼ਿਟਿਵ ਹੋਇਆ ਰਾਤੀ ਆ ਗਿਆ ਸੀਗਾ ਅਤੇ ਹੁਣ ਟੀਮ ਸਾਡੀਆਂ ਇੱਥੇ ਆ ਗਈ ਸੀ ਕਿਹੜੀ ਜਗ੍ਹਾ ਤੋਂ ਆਈ ਜੀ ਇਹ ਜੀ ਯੂਕੇ ਤੋਂ ਆਏ ਜੀ ਸਰ ਯੂਕੇ ਤੋਂ 19 ਮਾਰਚ ਤੋਂ ਆਏ ਆ ਕਈਆਂ ਨਾਲ ਮਿਲੇ ਗਿਲੇ ਵੀ ਹੁੰਦੇ ਸੁਣਨ 'ਚ ਆਇਆ ਜੀ ਹੈ ਦੁੱਧ ਦੱਧ ਵੀ ਵੰਡਦੇ ਰਹੇ ਨੇ ਕਿ ਉਸ ਹਿਸਾਬ ਨਾਲ ਕਿਸ ਤਰ੍ਹਾਂ ਤੁਸੀਂ ਇਹਨੂੰ ਹੈਂਡਲ ਕਰੋਗੇ ਸਾਡੇ ਜੀ ਸਾਡੀ ਟੀਮ 'ਚ ਹੈਗੀਆਂ ਨੇ ਜੀ ਸੈਕਟਰ ਮੈਜਿਸਟਰੇਟ ਨੇ ਸਾਡੀ ਮੈਡੀਕਲ ਟੀਮਸ ਨੇ ਅਸੀਂ ਏਰੀਆ ਵੰਡ ਲਿੱਤਾ ਜੀ ਇਹਨਾਂ ਦਾ ਏਰੀਆ ਦੇ ਨਾਲ ਅਸੀਂ ਹਰ ਕੰਟੈਕਟ ਹਿਸਟਰੀ ਕੱਢ ਕੇ ਜੀ ਹਰ ਘਰ 'ਚ ਜਾ ਚੈੱਕਅਪ ਹੋਏਗੀ ਇਮੀਡੀਏਟ ਇਹਨਾਂ ਦੇ ਏਰੀਆ ਦਾ ਜਿੰਨਾ ਵੀ ਏਰੀਆ ਆਪਾਂ ਸੀਲ ਕਰ ਰਹੇ ਹਾਂ ਹਰ ਘਰ 'ਚ ਜਾ ਕੇ ਸਾਡੀ ਮੈਡੀਕਲ ਟੀਮ ਵੱਲੋਂ ਚੈੱਕਅਪ ਕੀਤਾ ਜਾਏਗਾ ਜੀ ਜੇ ਕੋਈ ਸਿਮਟੋਮੈਟਿਕ ਆ ਫਿਰ ਉਹਨਾਂ ਨੂੰ ਕਰੀਏ ਹੋਰ ਕੁਆਰੰਟਾਈਨ ਕਰਕੇ ਫਰਦਰ ਕਾਰਵਾਈ ਕੀਤੀ ਜਾਏਗੀ ਕਿੰਨੇ ਪਰਿਵਾਰ ਦੇ ਮੈਂਬਰ ਸੀ ਇਸ ਵਕਤ ਇਹਨਾਂ ਦੇ ਪਰਿਵਾਰ ਦੇ ਮੈਂਬਰ 13 ਨੇ ਜੀ ਜਿਹੜੇ ਸਾਰੇ ਅਸੀਂ ਮੈਡੀਕਲ ਕਾਲਜ ਲੈ ਕੇ ਜਾਣੇ ਗਏ ਅਤੇ ਸਰ ਹੋਰ ਆਸੇ ਪਾਸੇ ਦੇ ਜਿਹੜੇ ਲੋਕਾਂ ਨੂੰ ਜੀ ਆਸ ਪਾਸ ਸਾਰਿਆਂ ਦੇ ਘਰਾਂ 'ਚ ਜਾ ਕੇ ਜੀ ਡੋਰ ਟੂ ਡੋਰ ਜਾ ਕੇ ਸਿਮਟੋਮੈਟਿਕ ਚੈੱਕਅਪ ਹੋਏਗਾ ਜੀ ਜਿਹੜਾ ਕੋਈ ਸਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਕਰੋਨਾ ਦਾ ਕੋਈ ਸਿਮਟਮ ਹੈ ਉਹਨਾਂ ਦੇ ਟੈਸਟਿੰਗ ਕਰਵਾ ਕੇ ਉਹਨਾਂ ਨੂੰ ਵੀ ਫਰਦਰ ਕਾਰਵਾਈ ਕੀਤੀ ਜਾਏਗੀ ਕੁਆਰੰਟਾਈਨ ਕੀਤਾ ਜਾਏਗਾ ਫਿਰ ਮੈਡੀਕਲ ਕਾਲਜ ਲੈ ਕੇ ਜਾਏਗਾ ਅਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਵੇਲੇ ਜਿਸ ਹਿਸਾਬ ਨਾਲ ਹਾਲਾਤ ਬਣ ਚੁੱਕੇ ਹਨ ਲੋਕਾਂ ਨੂੰ ਜੀ ਇਹੀ ਸੁਨੇਹਾ ਜੀ ਜੇ ਕੋਈ ਇਹਨਾਂ ਦੇ ਪਰਿਵਾਰ ਦੇ ਵਿੱਚ ਟੱਚ 'ਚ ਆਇਆ ਜੀ ਜੇ ਕੋਈ ਵੀ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੁਝ ਦਿਨਾਂ ਤੋਂ ਇਨ ਟੱਚ ਰਿਹਾ ਕੋਈ ਇੱਥੇ ਪਹਿਲਵਾਨ ਡੇਅਰੀ 'ਤੇ ਆਇਆ ਕੋਈ ਗੁਰਮੁਖ ਕਰਿਆਨਾ ਸਟੋਰ ਬੀਰੋਵਾਲ ਰੋਡ 'ਤੇ ਆਇਆ ਜੀ ਉਹ ਖੁਦ ਅੱਗੇ ਆ ਕੇ ਸਾਡੀ ਕਾਰਵਾਈ 'ਚ ਸਾਡਾ ਸਪੋਰਟ ਕਰੇ ਜੀ ਕਿਉਂਕਿ ਇਹ ਸਾਰਾ ਘਬਰਾਉਣ ਦੀ ਲੋੜ ਨਹੀਂ ਹੈ ਜੀ ਪ੍ਰਸ਼ਾਸਨ ਤੁਹਾਡੇ ਵਾਸਤੇ ਮੈਡੀਕਲ ਟੀਮ ਡਾਕਟਰਸ ਹੋ ਗਏ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਜੀ ਤੁਹਾਨੂੰ ਸੁਰੱਖਿਆ ਮੁਹੱਈਆ ਕਰਾਉਣ ਵਾਸਤੇ ਮੈਕਸਿਮ ਸਾਡੇ ਨਾਲ ਕੋਆਪਰੇਟ ਕਰੋ ਤਾਂ ਕਿ ਆਪਣਾ ਸ਼ਹਿਰ ਨੂੰ ਅਸੀਂ ਬਚਾ ਕੇ ਚੱਲੀਏ ਹਾਂਜੀ ਸਰ ਕੀ ਮਾਮਲਾ ਆਇਆ ਜੀ ਦੇਖੋ ਜਿਵੇਂ ਤੁਹਾਡੇ ਸਾਹਮਣੇ ਆ ਵੀ ਜਿਹੜਾ ਬੰਦਾ ਸਾਹਿਲ ਇੱਥੇ ਰਹਿੰਦਾ ਸੀ ਉਹ ਅੱਜ ਪੋਜ਼ਿਟਿਵ ਆ ਗਿਆ ਉਹਦਾ ਕਰੋਨਾ ਟੈਸਟ ਗੈਰੋਵਾਲ ਰੋਡ 'ਤੇ ਉਹਨਾਂ ਦੀ ਡੇਅਰੀ ਸੀ ਇੱਥੋਂ ਬਿਲੋਂਗ ਕਰਦਾ ਸੀ 19 ਤਰੀਕ ਨੂੰ ਇਹ ਬਾਹਰੋਂ ਆਇਆ ਸੀ ਹੁਣ ਅਸੀਂ ਅੱਗੇ ਕੀ ਕਰ ਰਹੇ ਹਾਂ ਵੀ ਅਸੀਂ ਏਰੀਆ ਸੀਲ ਕਰਾ ਕੇ ਮੈਡੀਕਲ ਟੀਮ ਦੀ ਹੈਲਪ ਦੇ ਨਾਲ ਸਾਰੇ ਬੰਦੇ ਜਿਹੜੇ ਇਹਨਾਂ ਨੂੰ ਇਨ ਟੱਚ ਆਏ ਉਹ ਆਈਡੈਂਟੀਫਾਈ ਕਰਾਵਾਂਗੇ ਜੇ ਕਿਸੇ ਨੂੰ ਵੈਸੇ ਵੀ ਲੱਗਦਾ ਕੋਈ ਇਹਨਾਂ ਦਾ ਇਨ ਟੱਚ ਆਇਆ ਹੋਵੇ ਉਹਨੂੰ ਕਿਸੇ ਨੂੰ ਇੱਦਾਂ ਸਿਮਟਮ ਲੱਗਦਾ ਹੋਵੇ ਉਹ ਆਪ ਚਾਹੇ ਅੱਗੇ ਆ ਕੇ ਜੇ ਆਪਣਾ ਟੈਸਟ ਕਰਵਾਉਣਾ ਚਾਹੇ ਤਾਂ ਆਪ ਵੀ ਅੱਗੇ ਆ ਸਕਦਾ ਇਹਨਾਂ ਲੋਕਾਂ ਨੂੰ ਸਖਤ ਰਿਆਤ ਇਹ ਆ ਵੀ ਕੋਈ ਵੀ ਆਪਣੇ ਘਰ 'ਚੋਂ ਜਿਹੜਾ ਜਿੰਨਾ ਵੀ ਇੱਥੋਂ ਬਾਹਰ ਨਾ ਨਿਕਲੇ ਜਿੰਨਾ ਚਿਰ ਸਾਰਿਆਂ ਦੀ ਟੈਸਟਿੰਗ ਨਹੀਂ ਹੋ ਜਾਂਦੀ ਐਂਡ ਉਹਦਾ ਰਿਜ਼ਲਟ ਨਹੀਂ ਆ ਜਾਂਦਾ ਇਸ ਤੋਂ ਇਲਾਵਾ ਅਸੀਂ ਇੱਕ ਡਰੋਨ ਵੀ ਉੱਪਰ ਛੱਡ ਦਿੱਤਾ ਵਾ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕੋਈ ਬੰਦਾ ਜੇ ਘਰ 'ਚੋਂ ਵੀ ਬਾਹਰ ਨਿਕਲੂਗਾ ਉਹਨੂੰ ਜਾ ਕੇ ਅਸੀਂ ਟਰੈਕ ਕਰਾਂਗੇ ਜਾਂ ਤਾਂ FIR ਵੀ ਹੋਊਗੀ ਸੋ ਕਿੰਨੇ ਘਰ ਦੇ ਮੈਂਬਰ ਤੁਸੀਂ ਇਸ ਵੇਲੇ ਟਰੈਕ ਕੀਤੇ ਅਤੇ ਕਿੰਨੇ ਕਰਨ ਦੇ ਹੈਲਥ ਟੀਮ ਨੇ ਜੀ ਜਿਹੜੇ ਇਸ ਵੇਲੇ ਇਮੀਡੀਏਟ 12 ਕਿ 13 ਮੈਂਬਰ ਜਿਹੜੇ ਟਰੈਕ ਕੀਤੇ ਨੇ ਜਿਨ੍ਹਾਂ ਨੂੰ ਹੁਣੇ ਲੈ ਕੇ ਜਾਣਗੇ
ਇਹਨਾਂ ਦੀ ਟੈਸਟਿੰਗ ਹੁਣੇ ਹੋਊਗੀ। ਬਾਕੀ ਜਿਹੜੇ ਲੋਕ ਇਹਨਾਂ ਦੇ ਕੋਲ ਆਉਂਦੇ ਰਹੇ ਨੇ ਜਾਂ ਇਹ ਕਿਤੇ ਗਏ ਹੋਣ ਉਹ ਵੀ ਟਰੈਕ ਕਰਕੇ ਉਹਨਾਂ ਦੀ ਟੈਸਟਿੰਗ ਕਰਵਾਉਣੀ। ਕਿਹਾ ਜਾ ਰਿਹਾ ਕਾਫੀ ਇਹਨਾਂ ਨੇ ਦੁੱਧ ਦਾ ਵੀ ਵੰਡਿਆ, ਸਾਰਾ ਕੁਛ ਕੀਤਾ, ਉਸ ਹਿਸਾਬ ਨਾਲ ਕਾਫੀ ਮੁਸ਼ਕਲਾਂ ਦਾ ਵੈਸੇ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਵੀ ਸਾਹਮਣਾ ਕਰਨਾ ਪੈ ਸਕਦਾ, ਉਹਦੇ ਬਾਰੇ ਕਿਵੇਂ ਤੁਸੀਂ ਸੋਚਿਆ? ਕਰਨਾ ਪੈ ਸਕਦਾ ਜੀ, ਬਿਲਕੁਲ ਇਹ ਹੈ ਵੀ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਪ੍ਰੋਬਲਮ ਦੇਖੋ ਆਪਣੇ ਘਰ ਤੇ ਲੱਗ ਗਈ ਆ ਗਈ ਹੈ ਬਿਲਕੁਲ। ਸੋ ਲੋਕ ਜਿਵੇਂ ਮਰਜ਼ੀ ਆ ਚਾਹੇ ਥੋੜ੍ਹੇ ਔਖੇ ਹੋ ਰਹੇ ਨੇ ਪਰ ਸਾਡਾ ਸਾਥ ਦੇਣ, ਤਾਂ ਹੀ ਆਪਾਂ ਇਸ ਚੀਜ਼ ਤੋਂ ਬਚ ਸਕਦੇ ਹਾਂ। ਚੇਨ ਬਹੁਤ ਲੰਬੀ ਹੈ, ਪਤਾ ਨਹੀਂ ਕਿੱਥੋਂ ਤੱਕ ਪੈ ਜਾਵੇ। ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।